ਹਾਂਜੀ ਇੰਟਰੋਡਕਸ਼ਨ ਤਾਂ ਬਾਅਦ ਚ ਕਰਾਂਗੇ ਪਹਿਲਾਂ ਆ ਦੇਖੋ ਸਾਡੇ ਹਾਲਾਤ ਹੁਣ ਮੈਂ ਨੀਟ ਨੂੰ ਆਂਕੂ ਕੱਪੜੇ ਤਾਂ ਨਹੀਂ ਪਾੜ ਕੇ ਦਿਖਾ ਸਕਦਾ ਤੁਹਾਨੂੰ ਆਪ ਦੇ ਪਰ ਨੇੜੇ ਤੇੜੇ ਦਾ ਮਾਹੌਲ ਦੇਖ ਕੇ ਤੁਹਾਨੂੰ ਸਿਚੁਏਸ਼ਨ ਦਾ ਆਈਡੀਆ ਲੱਗ ਹੀ ਗਿਆ ਹੁਣੇ ਆ ਕਿਤਾਬਾਂ ਦਾ ਗੜਾ ਲੱਗਿਆ ਦੇਖੋ ਐਗਜ਼ਾਮ ਦਾ ਮਾਹੌਲ ਹੋਇਆ ਪਿਆ ਜਿੱਥੇ ਕੈਮਰੇ ਦੀ ਪਹੁੰਚ ਨਹੀਂ ਵੀ ਹੈਗੀ ਉੱਥੇ ਵੀ ਲੈ ਕੇ ਚੱਲਦੇ ਆ ਤੁਹਾਨੂੰ ਖੜਚੋ ਇੱਕ ਮਿੰਟ ਆ ਦੇਖੋ ਜੀ ਸਾਡੀ ਕਲੀਨਲੀਨੈਸ ਤੇ ਸਾਫ ਸਫਾਈ ਦਾ ਪੂਰਾ ਪ੍ਰਬੰਧ ਹੋਇਆ ਪਿਆ ਇੱਥੇ ਰੱਖ ਆਪਾਂ ਦੇਖ ਲਓ ਕੋਈ ਕੋਨਾ ਛੱਡਿਆ ਹੀ ਨਹੀਂ ਮਤਲਬ ਸਾਰੇ ਹੀ ਕਿਤੇ ਆਬਾਦੀ ਦੇ ਨਿਸ਼ਾਨ ਦਿਖਦੇ ਹੀ ਦਿਖਦੇ ਆਹ ਦੇਖ ਲਓ ਇਹ ਤਾਂ ਬਾਈ ਹੋ ਗਿਆ ਨਿੱਕਾ ਜਿਹਾ ਰੂਮ ਟੂ ਰਿੱਕ ਤੇ ਹੁਣ ਆਪਣੇ ਬਾਰੇ ਥੋੜੀ ਜੀ ਜਾਣਕਾਰੀ ਸਾਂਝੀ ਕਰਦੇ ਆ ਥੋਡੇ ਨਾਲ ਮੇਰਾ ਨਾਮ ਹੈਗਾ ਯੁਵਰਾਜ ਠਾਕੁਰ ਫਸਟイヤー ਐਮਪੀਬੀਬੀਐਸ ਦਾ ਵਿਦਿਆਰਥੀਆਂ ਮੈਂ ਡਾਕਟਰ ਆਰ ਕੇ ਜੀ ਐਮ ਸੀ ਹੈਗਾ ਮੇਰੇ ਕਾਲਜ ਦਾ ਨਾਮ ਤੇ ਬਾਈ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਮੈਂ ਇਗਜ਼ਾਮ ਦਾ ਮਾਹੌਲ ਚੱਲ ਰਿਹਾ ਹੈ ਤੇ بس ਉਹਦੇ ਚੱਕਰਾਂ 'ਚ ਹੀ ਦੇਖ ਲਾ ਹੁਣ ਸਵੇਰ ਦੇ 5:30 ਵਜੇ ਹੋਏ ਆਂ ਜਦੋਂ ਮੈਂ ਇਹ ਵੀਡੀਓ ਸ਼ੂਟ ਕਰ ਰਿਹਾ ਹਾਂ ਜ਼ਿੰਦਗੀ ਦਾ ਸੜਾ ਕੋਈ ਟਿਕਾਣਾ ਨਹੀਂ ਕਿਹੜੇ ਪਾਸੇ ਨੂੰ ਜਾ ਰਹੀ ਹੈ ਕੁਝ ਨਹੀਂ ਪਤਾ 3 ਮਹੀਨੇ ਹੋ ਗਏ 3 ਮਹੀਨੇ ਐਕਸਰਸਾਈਜ਼ ਛੱਡੀ ਨੂੰ ਮੈਨੂੰ ਤੇ ਬਸ ਹੁਣ ਥੋੜੇ ਦਿਨਾਂ ਦੀ ਹੋਰ ਖੇਡ ਰਹਿ ਗਈ ਹੱਜ ਪੱਪੀ ਵਾਂਗੂ ਗੱਲਾਂ ਐ ਲੰਮਕ ਜਾਣੀਆਂ ਮੇਰੀਆਂ ਤੇ ਹਰ ਨਾਲ-ਨਾਲ ਹੁਣ ਤਾਂ MBBS ਨਾਲ ਜੂਝਦਿਆਂ ਨੂੰ ਵੀ ਪੂਰਾ ਸਾਲ ਹੀ ਹੋ ਗਿਆ ਮਤਲਬ ਕਿ ਫਸਟ ਇਅਰ ਦਾ ਐਂਡ ਆ ਗਿਆ ਫਾਈਨਲ ਪੇਪਰ ਹੋ ਜਾਣੇ 3 ਜਨਵਰੀ ਤੋਂ ਸ਼ੁਰੂ ਮਤਲਬ ਇਹ ਸਵਾਦ ਨਹੀਂ ਆਇਆ ਗੱਲ ਹੀ ਨਹੀਂ ਬਣੀ ਜਿਵੇਂ ਮਤਲਬ ਸੋਚਦੇ ਹੁੰਦੇ ਹੁੰਦੇ ਨਾ ਸਾਰੇ ਵੀ ਹਾਏ ਐਮਬੀਬੀਐਸ ਕਾਲਜ ਚੱਲੇ ਐਡਮਿਸ਼ਨ ਹੋ ਗਈ ਸਾਡੀ ਬੱਲੇ ਬੱਲੇ ਹੋ ਗਈ ਉਹ ਪਰ ਉਹ ਕੱਖ ਨਹੀਂ ਹੁੰਦਾ ਤੁਹਾਡਾ ਵਹਿਮ ਹੈ ਸਭ ਹੁਣ ਤਾਂ ਕਦੇ ਕਦੇ ਐ ਲੱਗਦੇ ਮਰਿਆ ਸਾਪੀ ਪਾ ਲਿਆ ਯਾਰ ਗਲੇ ਉਹ ਤਾਂ ਮਾੜਾ ਮੋਟਾ ਲਿਖਣ ਗਾਣ ਦਾ ਸ਼ੌਂਕ ਹੈਗਾ ਉਹਦੇ ਨਾਲ ਹੀ ਕਰ ਕਰਕੇ ਬਸ ਮਨ ਪਰਚਾਵਾ ਹੋਈ ਜਾਂਦਾ ਹੈ ਕਰੀ ਜਾਂਦੇ ਐ ਮਿਊਜ਼ਮੈਂਟ ਮਾੜਾ ਮੋਟਾ ਬੱਬੂ ਮਾਨ ਦੇ ਪੂਰੇ ਕਟੜ ਫੈਨ ਆ ਤੇ ਸ਼ਾਇਰੀ ਲਿਖੇ ਜਿਹੜਾ ਸੁਣ ਕੇ ਇੱਕ ਕਿ ਨਿੱਕੇ ਹੁੰਦੇ ਨੂੰ ਸੀ ਇੱਕ ਸ਼ੌਂਕ ਟੀਕੇ ਲਾਣ ਦਾ ਬੀਡੀਸੀ ਦਾ ਮੱਥਾ ਮਾਰੇ ਫੈਨ ਬੱਬੂ ਮਾਨ ਦਾ ਕਿਵੇਂ ਲੱਗੀ ਵਧੀਆ ਲੱਗੀ ਜੇ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਵੀਰੇ ਦੇਖੋ ਬਾਬੇ ਮੈਂ ਤਾਂ ਆਪਦਾ ਪਰਸਨਲ ਤਜਰਬਾ ਸ਼ੇਅਰ ਕੀਤਾ ਹੈ ਨਾ ਜੋ ਮੈਂ ਫੇਸ ਕੀਤਾ ਹੈ ਮੈਂ ਐਕਸਪੀਰੀਅੰਸ ਕੀਤਾ ਵੀ ਸਭ ਦੀ ਹੁਣ ਆਪਣੀ ਆਪਣੀ ਡਿਫਰੈਂਟ ਸਟੋਰੀ ਹੁੰਦੀ ਹੈ ਤੇ ਕਈ ਹੋ ਸਕਦਾ ਨਾ ਐਗਰੀ ਕਰਦੇ ਹੋਣ ਤੇ ਮੈਂ ਕੋਈ ਯਾਰ ਪੇਸ਼ੇਵਰ ਬਲੌਗਰ ਤਾਂ ਹੈ ਨਹੀਂਗਾ ਹੈਨਾ ਤੇ ਫਸਟ ਟਾਈਮ ਹੀ ਵਲੌਗ ਹੈ ਮੇਰਾ ਤੇ ਕੋਈ ਚਬਲ ਚੋਲ ਦੇ ਵੱਜੇ ਨਾ ਮਤਲਬ ਜਾਣਦੇ ਹੋ ਐ ਓਵਰਲੁੱਕ ਕਰਦੇ ਹੋ ਬਾਈ ਬਣ ਕੇ ਚੰਗਾ ਫਿਰ ਮਿੱਤਰੋ ਚੱਲਦੇ ਆ ਅੱਜ ਥੋਡੇ ਬਾਈ ਦਾ ਫਿਜ਼ੀਓਲੋਜੀ ਦਾ ਪੇਪਰ ਹੈ ਮੈਂ ਕਿਹਾ ਟਾਈਮ ਕੱਢ ਕੇ ਵਲੌਗ ਹੀ ਬਣਾ ਲਈਏ ਇਹ ਦੁਨੀਆ ਮੂਰੇ ਸੱਚਾਈ ਲੈ ਕੇ ਆਈਏ ਇਸ ਚੀਜ਼ ਦੀ ਹੈ ਨਾ ਯਾਰ ਤੇ ਜੇ ਵਧੀਆ ਲੱਗੀ ਵੀਡੀਓ ਲਾਈਕ ਲੁੱਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਬੋਲਣ ਦੀ ਲੋੜ ਤਾਂ ਹੈਗੀ ਨਹੀਂ ਵੈਸੇ ਤੁਹਾਨੂੰ ਜਿਨ੍ਹਾਂ ਨੂੰ ਵਧੀਆ ਲੱਗੇ ਆਪੇ ਕਰ ਦੇਣਗੇ ਉਹ ਚੰਗਾ ਫਿਰ